ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਂ ਮਰੀਜ਼ਾਂ ਨੂੰ ਮਿਲਦਾ ਜਿਹੜੇ ਲੋਕ ਭਿਆਨਕ ਤੋਂ ਭਿਆਨਕ ਬਿਮਾਰੀਆਂ ਦੇ ਨਾਲ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਆ ਔਰ ਐਲੋਪੈਥੀ ਦਵਾਈਆਂ ਕਈ ਕਈ ਸਾਲਾਂ ਤੋਂ ਖਾ ਰਹੇ ਆ ਠੀਕ ਨਹੀਂ ਹੋ ਰਹੇ ਤਾਂ ਜ਼ਰੂਰ ਪਿੰਡ ਡਸਕੇ ਦੇ ਵਿੱਚ ਹਰ ਐਤਵਾਰ ਨੂੰ ਮਰੀਜ਼ ਉਹ ਮਿਲ ਕੇ ਆਪਣੀ ਨਬਜ਼ ਦਿਖਾ ਕੇ ਆਪਣਾ ਆਯੁਰਵੇਦਿਕ ਜੜੀ ਬੂਟੀਆਂ ਦੇ ਨਾਲ ਇਲਾਜ ਕਰਾ ਸਕਦੇ ਹੋ ਹਜ਼ਾਰਾਂ ਲੱਖਾਂ ਮਰੀਜ਼ ਹੁਣ ਤੱਕ ਮੈਨੂੰ ਮਿਲ ਕੇ ਆਪਣੇ ਰੋਗਾਂ ਤੋਂ ਛੁਟਕਾਰਾ ਪਾ ਚੁੱਕੇ ਆ ਤੁਸੀਂ ਵੀ ਇੱਕ ਵਾਰ ਜ਼ਰੂਰ ਪਿੰਡ ਡਸਕੇ ਦੇ ਵਿੱਚ ਮਿਲ ਕੇ ਮੈਨੂੰ ਆਪਣੇ ਵੱਡੇ ਤੋਂ ਵੱਡੇ ਰੋਗਾਂ ਦਾ ਜਿਹੜੇ ਕਈ ਕਈ ਸਾਲਾਂ ਤੋਂ ਐਲੋਪੈਥੀ ਦਵਾਈਆਂ ਖਾ ਰਹੇ ਐ ਸਹਾਰਾ ਲਿਆ ਹੋਇਆ ਪਰ ਠੀਕ ਨਹੀਂ ਹੋ ਰਹੇ ਤਾਂ ਜਰੂਰ ਇੱਕ ਵਾਰੀ ਪਿੰਡ ਡਸਕਾ ਜਿਹੜੇ ਸੰਗਰੂਰ ਦਾ ਪਿੰਡ ਹੈ ਤਹਿਸੀਲ ਲਹਿਰਾਗਾਗਾ ਸੋ ਇਸ ਪਿੰਡ ਦੇ ਵਿੱਚ ਪਿੰਡ ਡਸਕੇ ਚ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮੈਂ ਮਿਲਦਾ ਤੁਸੀਂ ਮੈਨੂੰ ਮਿਲ ਕੇ ਆਪਣੇ ਵੱਡੇ ਤੋਂ ਵੱਡੇ ਰੋਗਾਂ ਦਾ ਇਲਾਜ ਗਾਰੰਟੀ ਦੇ ਨਾਲ 9 ਵਜੇ ਦਿਖਾ ਕੇ ਆਯੁਰਵੇਦਿਕ ਜੜੀ ਬੂਟੀਆਂ ਦੇ ਨਾਲ ਕਰਾ ਸਕਦੇ ਹਾਂ ਜਿਨ੍ਹਾਂ ਨੇ ਹਾਲੇ ਤੱਕ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਸੋ ਉਹ ਇਸ ਚੈਨਲ ਨੂੰ ਜ਼ਰੂਰ ਅਪਣਾ ਲੈਣ ਲਾਲ ਬਟਨ ਦਬਾ ਕੇ ਨਾਲ ਘੰਟੀ ਵਾਲਾ ਬਟਨ ਦਬਾ ਕੇ ਚੈਨਲ ਦੇ ਹਿੱਸੇਦਾਰ ਬਣ ਜਾਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਔਰ ਤੁਸੀਂ ਆਪਣਾ ਇਲਾਜ ਕਰ ਸਕੋ ਹੋਰਾਂ ਨੂੰ ਅੱਗੇ ਦੱਸ ਸਕੋ ਸੋ ਅੱਜ ਜਿਸ ਵਿਸ਼ੇ ਦੇ ਸਬੰਧ ਦੇ ਵਿੱਚ ਮੈਂ ਤੁਹਾਡੇ ਚਰਨਾਂ 'ਚ ਹਾਜ਼ਰ ਹੋਇਆ ਕਈਆਂ ਨੇ ਸਵਾਲ ਕੀਤੇ ਤੇ ਸੰਗਤ ਮਿਲਦੀ ਹੈ ਕਿ ਕੁਝ ਐਸੀਆਂ ਚੀਜ਼ਾਂ ਦੱਸੋ ਜਿਹਦੇ ਨਾਲ ਅਸੀਂ ਘਰ ਦੇ ਵਿੱਚ ਉਹਨਾਂ ਨੂੰ ਅਪਣਾ ਕੇ ਤੰਦਰੁਸਤ ਰਹਿ ਸਕੀਏ ਨਰੋਗੀ ਰਹਿ ਸਕੀਏ ਰੋਗਾਂ ਤੋਂ ਬਚ ਸਕੀਏ ਸੋ ਉਹਨਾਂ ਤਿੰਨ ਚੀਜ਼ਾਂ ਦਾ ਮੈਂ ਤੁਹਾਡੇ ਚਰਨਾਂ 'ਚ ਲੈ ਕੇ ਆਇਆ ਅਗਰ ਤੁਸੀਂ ਇਹਨਾਂ ਤਿੰਨ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਹਿਲ ਦੇਣੇ ਹੋ ਅਪਣਾਉਣੇ ਹੋ ਤਾਂ ਮੈਂ ਚਾਹੁੰ ਇੱਕ ਗਰੰਟੀ ਨਾਲ ਕਹਿ ਸਕਦਾ ਤੁਹਾਨੂੰ ਲਿਖ ਕੇ ਦੇ ਸਕਦਾ ਵੀ ਤੁਸੀਂ ਬਿਮਾਰ ਨਹੀਂ ਹੋਵੋਗੇ 90% ਬਿਮਾਰੀਆਂ ਤੁਹਾਡੀਆਂ 2-3 ਮਹੀਨੇ ਵਰਤਨ ਨਾਲ ਹੀ ਖਤਮ ਹੋ ਜਾਣਗੀਆਂ ਸੋ ਅੱਜ ਜੋ ਪੂਰੇ ਦੇਸ਼ ਦੇ ਵਿੱਚ ਅੱਜ ਜੋ ਪੂਰੇ ਵਰਲਡ ਦੇ ਵਿੱਚ ਇੱਕ ਬਿਮਾਰੀ ਫੈਲੀ ਹੈ ਕਰੋਨਾ ਵਾਇਰਸ ਭਾਵੇਂ ਦੀ ਕਿ ਹਰ ਸਾਲ ਹੀ ਇਦਾਂ ਦੇ ਵਾਇਰਸ ਆਉਂਦੇ ਆ ਔਰ ਅੱਗੇ ਚਲੇ ਜਾਂਦੇ ਆ ਪਰ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਸ੍ਰਿਸ਼ਟੀ ਦਾ ਇਨਸਾਨਾਂ ਦਾ ਬਹੁਤ ਮੌਤਾਂ ਹੋਈਆਂ ਪਰ ਡਰ ਕੇ ਬੈਠਣਾ ਇਹ ਇਹਦਾ ਹੱਲ ਨਹੀਂ ਬਿਮਾਰੀ ਨਾਲ ਲੜਨਾ ਜੂਝਣਾ ਇਹ ਸਾਡਾ ਗੁਰੂਆਂ ਨੇ ਪੀਰਾਂ ਨੇ ਸਿਖਾਇਆ ਕਦੇ ਜੰਗ ਮੈਦਾਨ ਦਾ ਤੇ ਕਦੇ ਜੰਗ ਬਿਮਾਰੀ ਨਾਲ ਸ਼ਰੀਰ ਦਾ ਇਸ ਤਰ੍ਹਾਂ ਚੱਲਦਾ ਹੀ ਰਿਹਾ ਪਰ ਆਯੁਰਵੇਦ ਦੇ ਵਿੱਚ ਸਾਡੇ ਰਿਸ਼ੀਆਂ ਮੁੰਨੀਆਂ ਨੇ ਸਾਡੇ ਸਰੀਰ ਦੀ ਤਾਕਤ ਵਾਸਤੇ ਅਲੱਗ ਨੇ ਤੇ ਅੰਦਰ ਰੋਗਾਂ ਨਾਲ ਲੜਨ ਦੀ ਤਾਕਤ ਵਾਸਤੇ ਅਡ ਜੜੀ ਬੂਟੀਆਂ ਦਸੀਆਂ ਹੋਈਆਂ ਨੇ ਮੈਂ ਤੁਹਾਡੇ ਚਰਨਾਂ 'ਚ ਪਹਿਲਾਂ ਵੀ ਦੱਸਿਆ ਸੀ ਗਲੋਏ ਹੈ ਨਿੰਮ ਹੈ ਤુલਸੀ ਹੈ ਆਦਰਕ ਹੈ ਲਸਣ ਹੈ ਪਿਆਜ਼ ਹੈ ਇਹ ਬਹੁਤ ਨੇ ਜਿਹੜੀਆਂ ਤੁਹਾਡੇ ਅੰਦਰ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੀਆਂ ਨੇ ਤਾਂ ਜੋ ਤੁਹਾਡੇ ਬਲੱਡ 'ਚ ਜਿਹੜਾ ਰੋਗ ਦੇ ਸੈੱਲ ਜਾਂਦੇ ਆ ਉਹਨਾਂ ਨੂੰ ਉਹ ਖਤਮ ਕਰਨ ਤੱਕ ਦਾ ਸ਼ਿਸ਼ਟਮ ਰੱਖਦੇ ਨੇ ਐਡੀਆਂ ਤਕੜੀਆਂ ਜੜੀ ਬੂਟੀਆਂ ਹੈਗੀਆਂ ਤਾਂ ਬਹੁਤ ਇਟਲੀ ਚੋਂ ਬਹੁਤ ਅਮਰੀਕਾ ਚੋਂ ਬਹੁਤ ਕੈਨੇਡਾ ਦੇ ਵਿੱਚੋਂ ਮੈਨੂੰ ਫੋਨ ਆਏ ਕਿ ਅਸੀਂ ਇਹਨਾਂ ਜੜੀ ਬੂਟੀਆਂ ਨੂੰ ਵਰਤ ਰਹੇ ਹਾਂ ਔਰ ਸਾਡੇ ਨੇੜੇ ਵੀ ਕਰੋਨਾ ਨਹੀਂ ਆਇਆ ਤਾਂ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਐਡੇ ਵੱਡੇ ਸੰਕਟ ਦੇ ਵਿੱਚ ਵੀ ਆਪਣਾ ਪੂਰਾ ਜੋਰ ਆਪਣਾ ਪੂਰਾ ਜੋਸ਼ ਦਿਖਾ ਰਹੇ ਐ ਸੋ ਅੱਜ ਜਿਹੜੀਆਂ ਤਿੰਨ ਚੀਜ਼ਾਂ ਤੁਸੀਂ ਜੀਵਨ ਦੇ ਵਿੱਚ ਲਾਗੂ ਕਰਨੀਆਂ ਨੇ ਉਹ ਤੁਹਾਨੂੰ ਬਹੁਤ ਰੋਗਾਂ ਤੋਂ ਬਚਾਉਣਗੀਆਂ ਸਾਡੇ ਆਯੁਰਵੇਦ ਦੇ ਵਿੱਚ ਮੰਤਮ ਹੈ ਸਾਡੇ ਆਯੁਰਵੇਦ ਦਾ ਮੰਤਰ ਹੈ ਕਿ ਤੁਸੀਂ ਨਿਰੋਗੀ ਬੰਦਾ ਉਦੋਂ ਹੀ ਰਹਿ ਸਕਦਾ ਜਦੋਂ ਉਹਦੇ ਵਾਤ ਪਿੱਤ ਔਰ ਕਫ ਤਿੰਨੇ ਸਮਾਨ ਰਹਿਣ ਤੇ ਇਹਨਾਂ ਤਿੰਨਾਂ ਨੂੰ ਸਮਾਨ ਰੱਖਣ ਵਾਸਤੇ ਆਯੁਰਵੇਦ ਦੇ ਵਿੱਚ ਬਹੁਤ ਜੜੀ ਬੂਟੀਆਂ ਨੇ ਪਰ ਇਹ ਵਧਣ ਹੀ ਨਾ ਇੱਕ ਤੇ ਵਧ ਗਏ ਉਹਨੂੰ ਠੀਕ ਕਰਨ ਵਾਸਤੇ ਆਯੁਰਵੇਦ ਦੇ ਵਿੱਚ ਬਹੁਤ ਜੜੀ ਬੂਟੀਆਂ ਨੇ ਪਰ ਇੱਕ ਹੈ ਵੀ ਵਧਣੀ ਨਾ ਤਾਂ ਉਹਦੇ ਵਾਸਤੇ ਤਿੰਨ ਚੀਜ਼ਾਂ ਤੁਸੀਂ ਘਰ ਦੇ ਵਿੱਚ ਰੋਜ਼ ਵਰਤਦੇ ਹੋ ਪਰ ਵਰਤਦੇ ਗਲਤੋਂ ਬਸ ਇੱਥੇ ਹੀ ਮਾਰ ਖਾਨੇ ਆ ਸੀ ਉਹ ਤਿੰਨ ਚੀਜ਼ਾਂ ਨੂੰ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਿਆ ਸੋ ਆਯੁਰਵੇਦ ਸਾਡਾ ਕਹਿੰਦਾ ਵਾਤ ਪਿੱਤ ਕਫ ਤਿੰਨੇ ਜੇ ਇਹਨਾਂ ਚੋਂ ਇੱਕ ਵੀ ਵਧੇ ਘਟੇਗਾ ਤੇ ਤੁਹਾਨੂੰ ਰੋਗ ਆਉਣਗੇ ਆਉਣਗੇ ਇਹ ਤਿੰਨੇ ਸਮਾਨ ਨੇ ਤੁਹਾਡੇ ਸਰੀਰ ਨੂੰ ਕੋਈ ਰੋਗ ਨਹੀਂ ਹੁਣ ਤਿੰਨੇ ਸਮਾਨ ਰਹਿਣ ਇੱਕ ਤੇ ਆਮਲਾ ਕਰਦੇ ਵਿੱਚ ਪੱਕਾ ਵਰਤਣ ਲੱਗ ਜਾ ਆਮਲੇ ਦਾ ਜੂਸ ਪੀ ਲੋ ਭਾਵੇਂ ਦੀ ਆਮਲੇ ਦਾ ਪਚੂਰਨ ਖਾਇਆ ਕਰੋ ਭਾਵੇਂ ਦੀ ਮਰੱਬਾ ਚਾਰ ਜੋ ਵੀ ਤੁਹਾਨੂੰ ਆਮਲੇ ਦੀ ਕੋਈ ਵੀ ਚੀਜ਼ ਚੰਗੀ ਲੱਗਦੀ ਹੈ ਖਾਣ ਦੇ ਵਿੱਚ ਉਹ ਇੱਕ ਜ਼ਰੂਰ ਅਪਣਾ ਲਓ ਜ਼ਿੰਦਗੀ ਵਿੱਚ ਅਸੀਂ ਆਮਲਾ ਖਾਣੇ ਹੀ ਖਾਣਾ ਹੈ ਹਰ ਰੋਜ਼ ਤਾਂ ਇਹ ਤੇਰੇ ਦੋਸ਼ ਹੈ ਵਾਤ ਪਿਤ ਕਫ ਨੂੰ ਵਧਣ ਹੀ ਨਹੀਂ ਦੇਗਾ ਜਿੱਦਣ ਤੋਂ ਆਮਲੇ ਨੂੰ ਜ਼ਿੰਦਗੀ ਦੇ ਵਿੱਚ ਥਾਂ ਦੇ ਦੇਓਗੇ ਤੁਹਾਡੀ ਜ਼ਿੰਦਗੀ ਸੁਖੀ ਹੋ ਜਾਏਗੀ ਤੁਸੀਂ ਕਦੇ ਤੁਹਾਡੀ ਅੱਖ ਦੀ ਕੋਈ ਐਨਕ ਨਹੀਂ ਲੱਗੇਗੀ ਜਦ ਤੱਕ ਜਿਉਂਦੇ ਰਹੋਗੇ ਤੁਹਾਨੂੰ ਕਦੇ ਨੱਕ ਦਾ ਕੋਈ ਰੋਗ ਨਹੀਂ ਆਏਗਾ ਕੰਨ ਦਾ ਰੋਗ ਨਹੀਂ ਆਏਗਾ ਤੁਹਾਡੇ ਕਦੇ ਗਲੇ 'ਚ ਕੋਈ ਰੋਗ ਨਹੀਂ ਆਏਗਾ ਤੁਹਾਨੂੰ ਕਦੇ ਕੇਸਾਂ ਦਾ ਵਾਲਾਂ ਦਾ ਕੋਈ ਰੋਗ ਨਹੀਂ ਆਏਗਾ ਕਿੰਨੇ ਕੁ ਫਾਇਦੇ ਗਿਣਾਵਾ ਪੇਟ ਦਾ ਕੋਈ ਰੋਗ ਨਹੀਂ ਛਾਤੀ ਦਾ ਕੋਈ ਰੋਗ ਨਹੀਂ ਆਮਲਾ ਐਡੀ ਵੱਡੀ ਅੰਮ੍ਰਿਤ ਤਾਂ ਇੱਕ ਤਾਂ ਭਾਈ ਹੱਥ ਬੰਨ੍ਹ ਕੇ ਮੈਂ ਬੇਨਤੀ ਕਰਦਾ ਤੁਹਾਨੂੰ ਆਪਣੀ ਜ਼ਿੰਦਗੀ 'ਚ ਆਮਲੇ ਨੂੰ ਪਹਿਲ ਦੇ ਦਿਓ ਆਪਣੀ ਜ਼ਿੰਦਗੀ 'ਚ ਆਮਲੇ ਨੂੰ ਔਲਿਆਂ ਨੂੰ ਆਮਲੇ ਨੂੰ ਥਾਂ ਦੇ ਦਿਓ ਆਮਲੇ ਦਾ ਜੂਸ ਪੀਣ ਲੱਗ ਜਾਓ ਭਾਵੇਂ ਰੋਜ਼ ਆਮਲੇ ਦਾ ਪਾਊਡਰ ਆਮਲੇ ਦਾ ਅਚਾਰ ਆਮਲੇ ਦਾ ਮਰਬਾ ਜੋ ਤੁਹਾਨੂੰ ਇੱਕ ਚੀਜ਼ ਚੰਗੀ ਲੱਗਦੀ ਹੈ ਉਹ ਅਪਣਾ ਲਓ ਸਵੇਰੇ ਖਾਲੀ ਪੇਟ ਖਾਣੀ ਸ਼ੁਰੂ ਕਰਦੋ ਤਾਂ ਮੈਂ ਕਹਿੰਦਾ ਵੀ ਤੁਹਾਡੇ ਰੋਗ ਨੇੜੇ ਵੀ ਨਹੀਂ ਆਏਗਾ ਦੂਜਾ ਇਹ ਤੇ ਹੈ ਆਯੁਰਵੈਦਿਕ ਅਸ਼ੋਧੀ ਹੁਣ ਮੈਂ ਤੁਹਾਨੂੰ ਇੱਕ ਨਾਰਮਲ ਤੁਸੀਂ ਘਰ ਚ ਚੀਜ਼ਾਂ ਵਰਤਦੇ ਹਾਂ ਆਯੁਰਵੈਦ ਦੇ ਵਿੱਚ ਸਾਨੂੰ ਅਸੀਂ ਘਰ ਦੇ ਵਿੱਚ ਬਾਤ ਦੇ ਰੋਗ ਹੈ ਤਾਂ ਤੁਸੀਂ ਬਾਤ ਦੇ ਰੋਗਾਂ ਤੋਂ ਜੇ ਬਚਣਾ ਹੈ ਘਰ ਦੇ ਵਿੱਚ ਤੁਸੀਂ ਡਾਲਡਾ ਰਫਾਇੰਟ ਡਬਲ ਰਫਾਇੰਟ ਇਹ ਚੀਜ਼ਾਂ ਨੂੰ ਬਿਲਕੁਲ ਛੱਡ ਦਿਓ ਕਾਟਾ ਲਾ ਦਿਓ ਕਿ ਅਸੀਂ ਘਰ ਦੇ ਵਿੱਚ ਡਾਲਡਾ ਬਾੜਨੇ ਕਿਉਂਕਿ ਡਾਲਡੇ ਦੇ ਵਿੱਚ 12 13 ਪ੍ਰਕਾਰ ਦੇ ਜ਼ਹਿਰ ਹੈ ਜਿਹੜੇ ਤੁਹਾਡੇ ਸਰੀਰ ਨੂੰ ਖਤਮ ਕਰ ਦਿੰਦੇ ਆ ਹੌਲੀ 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 ਬਿਮਾਰੀਆਂ ਦੇ ਵੱਲ ਲੈ ਜਾਂਦੇ ਆ ਤਾਂ ਡਾਲਡਾ ਤਾਂ ਘਰ ਚ ਬਾੜੋ ਹੀ ਨਹੀਂ ਯਾਰ ਦੂਸਰਾ ਰਫੈਂਟ ਡਬਲ ਰਫੈਂਟ ਜਦੋਂ ਵੀ ਤੇਲ ਨੂੰ ਡਬਲਰ ਫਰੈਂਡ ਕੀਤਾ ਜਾਉਂ ਰਫਾਇੰਡ ਕੀਤਾ ਜਾਉ ਤਾਂ ਉਹਦੇ ਚ ਕੈਮੀਕਲ ਲੱਗਣਗੇ ਜੋ ਤੁਹਾਡੇ ਸਰੀਰ ਲਈ ਬਹੁਤ ਹਾਨੀਕਾਰਕ ਹੈ ਇਹ ਛੱਡ ਦੇ ਹੁਣ ਵਰਤਨਾ ਕੀ ਹੈ ਤੁਸੀਂ ਸਬਜ਼ੀ ਨੂੰ ਤੜਕਾ ਲਾਉਨੇ ਹੋ ਘਰ ਦੇ ਵਿੱਚ ਦਾਲ ਢਾਰ ਫਰੈਂਡ ਦੀ ਥਾਂ ਤੇ ਵਰਤੋ ਸਾਡਾ ਦੇਸੀ ਸਰੋਂ ਦਾ ਤੇਲ ਘਰ ਦੇ ਵਿੱਚ ਵਰਤੋ ਨਾਰੀਅਲ ਦਾ ਤੇਲ ਘਰ ਦੇ ਵਿੱਚ ਵਰਤੋ ਤੇਲਾਂ ਦਾ ਤੇਲ ਕਰਦੇ ਵਿੱਚ ਵਰਤੋ ਸੂਰਜਮੁਖੀ ਦਾ ਤੇਲ ਇਹਨਾਂ ਤੇਲਾਂ ਜਿਹੜੇ ਤੇਲ ਨੇ ਇਹਨਾਂ ਤੇਲਾਂ ਦੇ ਵਿੱਚੋਂ ਜਿਹੜਾ ਵੀ ਤੇਲ ਤੁਹਾਨੂੰ ਮਿਲਦਾ ਸਰੋਂ ਦਾ ਮਿਲਦਾ ਸੌਖਾ ਸਰੋਂ ਦਾ ਲੈਣਾ ਵਰਤਣਾ ਸ਼ੁਰੂ ਕਰ ਦਿਓ ਤਿਲਾਂ ਦਾ ਮਿਲਦਾ ਤਿਲਾਂ ਦਾ ਵਰਤਣਾ ਸ਼ੁਰੂ ਕਰ ਦਿਓ ਸੂਰਜਮੁਖੀ ਦਾ ਮਿਲਦਾ ਸੂਰਜਮੁਖੀ ਦਾ ਵਰਤਣਾ ਸ਼ੁਰੂ ਕਰ ਦਿਓ ਨਾਰੀਅਲ ਦਾ ਤੇਲ ਮਿਲਦਾ ਨਾਰੀਅਲ ਦਾ ਤੇਲ ਵਰਤਣਾ ਸ਼ੁਰੂ ਕਰ ਦਿਓ ਜ਼ੈਤੂਨ ਦਾ ਤੇਲ ਮਿਲਦਾ ਜ਼ੈਤੂਨ ਦਾ ਤੇਲ ਲੈਣਾ ਸ਼ੁਰੂ ਕਰ ਤਾਂ ਇੱਕ ਤਾਂ ਪੱਕਾ ਹੋ ਜੂ ਵੀ ਤੁਹਾਡੇ ਪਰਿਵਾਰ ਚ ਕਿਸੇ ਨੂੰ ਬੀਪੀ ਬਲੱਡ ਪ੍ਰੈਸ਼ਰ ਇਹ ਨਹੀਂ ਆਏਗਾ ਕਿਸੇ ਨੂੰ ਦਿਲ ਦਾ ਰੋਗ ਪਰਿਵਾਰ ਚ ਕਿਸੇ ਨੂੰ ਨਹੀਂ ਆਏਗਾ ਜਿੱਦਨ ਤੋ ਤੁਸੀਂ ਡਾਲ ਡਾਰ ਫੈਂਡ ਛੱਡ ਕੇ ਤੇਲ ਤੇ ਆ ਜਾਓਗੇ ਸ਼ੁੱਧ ਤੇਲ ਤੇ ਗਾੜੇ ਤੇਲ ਤੇ ਕਿਉਂਕਿ ਜਿੰਨਾ ਤੇਲ ਗਾੜਾ ਉਹਨਾਂ ਹੀ ਉਹਦੇ ਵਿੱਚ ਪ੍ਰੋਟੀਨ ਜ਼ਿਆਦਾ ਤੁਹਾਡੀ ਬਾਡੀ ਚ ਪ੍ਰੋਟੀਨ ਜਾਏਗਾ ਤਾਂ ਮੈਂ ਤਾਂ ਕਹਿੰਦਾ ਨਹੀਂ ਭਈ ਤੁਹਾਨੂੰ ਕੋਈ ਰੋਗ ਲੱਗ ਜਾਏਗਾ ਸੋ ਪਹਿਲੀ ਬੇਨਤੀ ਹੈ ਤੇਲ ਤੇ ਆਜੋ ਭਾਈ ਦੇਸੀ ਤੇਲ ਜਿਹੜੇ ਆਪਣੇ ਪਹਿਲਾਂ ਰਿਸ਼ੀਆਂ ਮੁੰਨੀਆਂ ਨੇ ਪੀੜਾ ਫਕੀਰਾਂ ਨੇ ਗੁਰੂਆਂ ਨੇ ਦੱਸਿਆ ਸਾਡੇ ਬਜ਼ੁਰਗਾਂ ਨੇ ਸਾਨੂੰ ਦੇ ਕੇ ਗਏ ਐ ਸਰੋਂ ਦਾ ਤੇਲ ਹੈ ਨਾਰੀਅਲ ਦਾ ਤੇਲ ਹੈ ਤਿਲਾ ਦਾ ਤੇਲ ਹੈ ਸੂਰਜ ਮੁਖੀ ਦਾ ਤੇਲ ਹੈ ਜੈਤੂਨ ਦਾ ਤੇਲ ਹੈ ਇਹ ਤੇ ਆਜੋ ਦਾਲਡਾਰ ਫੈਂਡ ਕੱਢ ਦਿਓ ਘਰ ਚੋਂ ਨਮਕ ਦੇਸੀ ਤੇ ਆਜੋ ਜਿਹੜਾ ਡਲੇ ਵਾਲਾ ਨਮਕ ਹੁੰਦਾ ਪਾਕਿਸਤਾਨੀ ਲਾਹੌਰੀ ਨਮਕ ਕਹਿੰਦੇ ਜਿਹਨੂੰ ਇਹ ਵਰਤਨਾ ਸ਼ੁਰੂ ਕਰਦੇ ਹੋ ਫ੍ਰਿਜ ਦਾ ਕੁੱਕਰ ਦਾ ਇਸਤੇਮਾਲ ਬੰਦ ਕਰਦੇ ਹੋ ਤਾਂ ਮੈਂ ਨਹੀਂ ਕਹਿੰਦਾ ਵੀ ਤੁਸੀਂ ਨਰੋਗ ਹੋ ਜਾਓਗੇ ਤੰਦਰੁਸਤ ਹੋ ਜਾਓਗੇ ਇਹ ਤੇ ਹੈ ਕਿ ਜਿਹੜੇ ਲੰਮੇ ਵਿਸ਼ੇ ਵੀ ਕੁੱਕਰ ਦੀ ਸਬਜ਼ੀ ਕਿਉਂ ਨਹੀਂ ਖਾਣੀ ਫਰਿੱਜ ਦੀ ਇਹ ਵੀ ਅੱਗੇ ਬਹੁਤ ਵੱਡੇ ਜਿਹੇ ਨੇ ਪਰ ਮੈਂ ਤੁਹਾਨੂੰ ਮੋਟਾ-ਮੋਟਾ ਦੱਸ ਰਿਹਾ ਕਿਉਂਕਿ ਵੀਡੀਓ ਵੱਡੀ ਹੋ ਜਾਂਦੀ ਹੈ ਇੱਕ ਤੇ ਡਾਲਡਾ ਤੇ ਫਰੈਂਚ ਛੱਡ ਦਿਓ ਤੇਲ ਆ ਜਾਓ ਤੇਲ ਜਿਹੜੇ ਬਰਤਨਿਆਂ ਮੈਂ ਤੁਹਾਨੂੰ ਦੱਸ ਦਿੱਤੇ ਆ ਦੂਸਰਾ ਹੈਗਾ ਤੁਹਾਨੂੰ ਛਾਤੀ ਤੱਕ ਸਿਰ ਤੋਂ ਲੈ ਕੇ ਛਾਤੀ ਤੱਕ ਰੋਗ ਹੀ ਨਾ ਲੱਗਣ ਕਫ ਦੇ ਤੁਹਾਡਾ ਕਾਫੀ ਨਾ ਵਧੇ ਵਾਤ ਲੋਗ ਨਾਲ ਵਧੇ ਉਹਦੇ ਵਾਸਤੇ ਮੈਂ ਤੁਹਾਨੂੰ ਦੱਸ ਦਿੰਦਾ ਤੇਲ ਦੂਸਰਾ ਕਫ ਨਾਲ ਤੁਹਾਡਾ ਵਧੇ ਬਲਗਮ ਨਾਲ ਸਰੀਰ 'ਚ ਵਧੇ ਉਹਦੇ ਵਾਸਤੇ ਸਾਰਿਆਂ ਨਾਲੋਂ ਵਧੀਆ ਹੈ ਸ਼ਹਿਦ ਜਾਂ ਗੁੜ ਸ਼ਹਿਦ ਮਿਲ ਜੇ ਤਾਂ ਬਹੁਤ ਵਧੀਆ ਹਰ ਰੋਜ਼ ਸ਼ਹਿਦ ਇੱਕ ਚਮਚਾਹ ਰੋਜ਼ ਖਾਓ ਨਹੀਂ ਤਾਂ ਤੁਸੀਂ ਗੁੜ ਰੋਟੀ ਖਾਣ ਤੋਂ ਬਾਅਦ ਡੜਾ ਛੋਟਾ ਜਿਹਾ ਡੜਾ ਗੁੜ ਦਾ ਰੋਜ਼ ਸਵੇਰੇ ਤੇ ਸ਼ਾਮ ਰੋਟੀ ਤੋਂ ਬਾਅਦ ਖਾਓ ਗੁੜ ਨਹੀਂ ਮਿਲਦਾ ਤਾਂ ਸ਼ਾਇਦ ਸ਼ਾਇਦ ਮਿਲਦਾ ਨਹੀਂਗਾ ਤਾਂ ਗੁੜ ਦੋਨਾਂ ਚੋਂ ਇੱਕ ਚੀਜ਼ ਆਪਣਾ ਤੀਸਰਾ ਹੈ ਪਿੱਤ ਤੁਹਾਨੂੰ ਪਿੱਤ ਦਾ ਰੋਗ ਗਰਮੀ ਨਾਲ ਸਰੀਰ ਚ ਹਾਈ ਹੋਵੇ ਸਮਾਨ ਰਵੇ ਉਹ ਹੈ ਦੇਸੀ ਘਿਓ ਔਰ ਦੇਸੀ ਘਿਓ ਗਾਂ ਦਾ ਸਾਰਿਆਂ ਨਾਲੋਂ ਅੰਮ੍ਰਿਤ ਹੁਣ ਤੁਸੀਂ ਜ਼ਿੰਦਗੀ ਦੇ ਵਿੱਚ ਇਹਨਾਂ ਤਿੰਨ ਚੀਜ਼ਾਂ ਨੂੰ ਪਹਿਲ ਦੇ ਦਿਓ ਤਾਂ ਤੁਹਾਡਾ ਵਾਤ ਪਿੱਤ ਕਫ ਤਿੰਨੇ ਸਮਾਨ ਰਹਿਣਗੇ ਵਧਣਗੇ ਨਹੀਂ ਤਿੰਨਾਂ ਨੂੰ ਤੁਸੀਂ ਸਮਾਨ ਰੱਖਣ ਵਾਸਤੇ ਘਰ ਦੇ ਵਿੱਚ ਛੁੱਧ ਘਿਓ ਵਰਤੋ ਦੇਸੀ ਛੁੱਧ ਤੇਲ ਵਰਤੋ ਔਰ ਗੁੜ ਤੇ ਸ਼ਹਿਦ ਦੋਨਾਂ ਚੋਂ ਜਿਹੜੀ ਚੀਜ਼ ਮਿਲ ਜੇ ਇਹ ਆਪਾਂ ਔਣਾ ਸ਼ੁਰੂ ਕਰ ਦੋ ਜਿਹੜੇ ਵੀ ਤੜਕੇ ਲਾਉਣੇ ਆ ਸਬਜ਼ੀ ਨੂੰ ਕੋਈ ਵੀ ਚੀਜ਼ ਤੇਲ 'ਚ ਬਣਾਓ ਘਿਓ ਤੇ ਰਫੈਂਡ ਨੂੰ ਛੱਡ ਦਿਓ ਡਾਲਡੇ ਨੂੰ ਛੱਡ ਦਿਓ ਹਰ ਰੋਜ਼ ਇੱਕ ਚਮਚਾ ਦੇਸੀ ਘਿਓ ਦਾ ਸਬਜ਼ੀ 'ਚ ਪਾ ਕੇ ਲਓ ਹਾਂਜੀ ਤੇ ਹਰ ਰੋਜ਼ ਰੋਟੀ ਦੇ ਨਾਲ ਸ਼ਹਿਦ ਜਾਂ ਗੁੜ ਇੱਕ ਚਮਚਾ ਉਦੋਂ ਬਾਅਦ ਲਓ ਇਹ ਲੋ ਤਾਂ ਤੁਸੀਂ ਇੱਕ ਮਹੀਨਾ ਪਰਿਵਾਰ ਚ ਇਹ ਤਬਦੀਲੀ ਕਰ ਦਿਓ ਤੁਹਾਨੂੰ ਆਟੋਮੈਟਿਕਲੀ ਪਤਾ ਲੱਗ ਜਾਏਗਾ ਵੀ ਇੱਕ ਮਹੀਨੇ ਚ ਯਾਰ 90% ਰੋਗ ਖਤਮ ਹੋ ਗਏ ਪਰਿਵਾਰ ਦੇ ਤਾਂ ਇੰਨਾਂ ਚੀਜ਼ਾਂ ਨੂੰ ਜ਼ਿੰਦਗੀ ਚ ਪੈਰ ਲਾ ਦਿਓ ਹੱਥ ਬੰਨ ਕੇ ਬੇਨਤੀ ਹੈ ਤੁਸੀਂ ਤੰਦਰੁਸਤ ਰਹੋਗੇ ਸਾਡਾ ਸਾਰਾ ਸਮਾਜ ਤੰਦਰੁਸਤ ਹੋਏਗਾ ਚਾਰੇ ਪਾਸੇ ਯਾਰ ਖੁਸ਼ ਖੁਸ਼ ਦੇਸਣਗੇ ਅੱਜ ਸਾਰੇ ਮਜਰਾਏ ਮਜਰਾਏ ਚਿਹਰੇ ਨੇ ਅੱਜ ਸਾਰੇ ਦੁਖੀ ਚਿਹਰੇ ਆ ਤਾਂ ਸੁਖੀ ਰਹਿਣ ਦੀ ਆadat ਤਾਂ ਹੀ ਪਵੇਗੀ ਜੇ ਅਸੀਂ ਘਰਾਂ ਦੇ ਵਿੱਚ ਆਪਣੇ ਦਸੇ ਪੁਰਖਾਂ ਦੇ ਆ ਚੀਜ਼ਾਂ ਨੂੰ ਵਰਤਾਂਗੇ ਅੱਜ ਦੇ ਫੈਂਸੀ ਚੀਜ਼ਾਂ ਨੂੰ ਛੱਡਾਂਗੇ ਸਿੰਪਲ ਜੀਵਨ ਤੇ ਆਵਾਂਗੇ ਫਿਰ ਖੁਸ਼ ਰਾਵਾਂਗੇ ਤਾਂ ਹੱਥ ਬੰਨ੍ਹ ਕੇ ਬੇਨਤੀ ਹੈ ਇਹਨਾਂ ਨੁਕਤਿਆਂ ਨੂੰ ਜੀਵਨ 'ਚ ਜਰੂਰ ਵਰਤਿਓ ਅੱਗੇ ਜਰੂਰ ਦੱਸਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਵੱਧ ਤੋਂ ਵੱਧ ਸੰਗਤ ਨੂੰ ਪ੍ਰੇਰਿਆ ਕਰੋ ਸੋ ਮੈਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮਿਲਦਾ ਪਿੰਡ ਡਸਕ ਹੈ ਜਿਹੜਾ ਸੰਗਰੂਰ ਜ਼ਿਲ੍ਹੇ ਚ ਪੈਂਦਾ ਔਰ ਤਹਿਸੀਲ ਇਹਨੂੰ ਲਹਿਰਾਗਾਗਾ ਲੱਗਦੀ ਹੈ ਹਨਾ ਜੀ ਫੋਨਾਂ ਦੀ ਸ਼ਿਕਾਇਤ ਹੈ ਵੀ ਫੋਨ ਇੰਨੇ ਅਟੈਂਡਮੈਂਟ ਨਹੀਂ ਕਰ ਸਕਦਾ ਹੱਥ ਬੰਨ ਕੇ ਤੁਹਾਨੂੰ ਬੇਨਤੀ ਹੈ ਕਈ ਕਹਿੰਦੇ ਆ ਫੋਨ ਜਿਵੇਂ ਅਸੀਂ ਲਾਉਨੇ ਆ ਲੱਗਦਾ ਨਹੀਂ ਉਹ ਹੱਥ ਬੰਨ ਕੇ ਬੇਨਤੀ ਹੈ ਭਾਈ ਫੋਨ ਮੈਂ ਇੰਨੇ ਨਹੀਂ ਸੁਣ ਸਕਦਾ ਹਜ਼ਾਰਾਂ ਫੋਨ ਆਉਂਦੇ ਆ ਉਹ ਨਹੀਂ ਇਹ ਸੁਣ ਸਕਦਾ ਕੁਛ ਕੋਸ਼ਿਸ਼ ਕਰੀ ਦੀ ਜਿੰਨੇ ਕੁ ਸੁਣ ਪਾਣਾ ਮੈਂ ਸੁਣ ਸਕਦਾ ਜਾਦਾ ਨਹੀਂ ਸੁਣ ਸਕਦਾ ਇਸ ਕਰਕੇ ਦੀ ਮੈਂ ਮਾਫੀ ਮੰਗਦਾ ਸੋ ਮੈਨੂੰ ਮਿਲਣਾ ਤੁਸੀਂ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਸਵੇਰੇ 6 ਵਜੇ ਤੋਂ ਮਿਲਣਾ ਸ਼ੁਰੂ ਕਰ ਦਿੰਨੇ ਆ ਸ਼ਾਮ ਦੇ 7 ਵਜੇ ਜਾਂ 8 ਵਜੇ ਜਾਂ ਮੈਂ ਸਭ ਨੂੰ ਮਿਲਦਾ ਹੀ ਮਿਲਦਾ ਤਾਂ ਕੋਸ਼ਿਸ਼ ਕਰਿਆ ਕਰੋ ਆਪਦੇ ਸਾਧਨ ਤੇ ਆਉਣ ਦੀ ਤੇ ਨਹੀਂ ਹੈ ਤਾਂ ਫਿਰ ਬਸ ਤੇ ਆ ਜਾਓ ਸੋ ਸਭ ਦਾ ਧੰਨਵਾਦ ਸਭ ਜਿੰਨੇ ਸਾਡੇ ਨਾਲ ਜੁੜੇ ਹੋ ਤੰਦਰੁਸਤ ਰਹੋ ਅੱਗੇ ਤੰਦਰੁਸਤੀ ਕਿਉਂਕਿ ਅਸਲੀ ਮੁਕਤੀ ਦਾ ਅੱਜ ਸੰਸਾਰ ਚ ਰੌਲਾ ਹੈ ਮੁਕਤੀ ਕਿਵੇਂ ਮਿਲੇਗੀ ਮੁਕਤੀ ਕਿਵੇਂ ਮਿਲੇਗੀ ਤਾਂ ਬਾਗਵਤ ਰਿਸ਼ੀ ਜੀ ਲਿਖ ਕੇ ਗਏ ਹੈ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਕਿ ਅਸਲੀ ਮੁਕਤੀ ਦਾ ਭਾਗੀ ਅਸਲੀ ਮੁਕਤੀ ਦਾ ਜੋ ਹੱਕਦਾਰ ਹੈ ਉਹ ਕੌਣ ਹੈ ਜਿਹੜਾ ਵਾਤ ਪਿਤ ਕਫ ਤਿੰਨਾ ਤੋਂ ਆਪ ਮੁਕਤ ਹੋਵੇ ਸਰੀਰ ਦੇ ਇਹਨਾਂ ਦੋਸ਼ਾਂ ਤੋਂ ਤੇ ਅੱਗੇ ਹੋਰਾਂ ਨੂੰ ਇਹਨਾਂ ਤੋਂ ਮੁਕਤ ਹੋਣ ਦੀ ਪ੍ਰੇਰਣਾ ਦੇਵੇ ਬਲਕਿ ਆਪ ਤੰਦਰੁਸਤ ਅੱਗੇ ਹੋਰਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰੇ ਉਹਨਾਂ ਨੂੰ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰੇ ਉਹੀ ਮੁਕਤੀ ਦਾ ਪੱਗੀ ਹੈ ਜਿਹੜਾ ਇਨਸਾਨ ਨੂੰ ਇਨਸਾਨੀਅਤ ਨੂੰ ਸੁਖੀ ਕਰੇ ਬਸ ਕੋਸ਼ਿਸ਼ ਕਰੇ ਅੱਗੇ ਮੰਨਣਾ ਨਾ ਮੰਨਣਾ ਅਗਲੇ ਦੀ ਮਰਜ਼ੀ ਹੈ ਅੱਪਾ ਆਪਣਾ ਫਰਜ਼ ਸਾਰੇ ਨਿਭਾਓ ਤੁਹਾਡਾ ਸਭ ਦਾ ਧੰਨਵਾਦ ਤਹਿ ਦਿਲੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ